ਦੋਸਤੋ ਸਵਾਗਤ ਤੁਹਾਡਾ ਸਾਡੇ ਚੈਨਲ ਚਾਚਾ ਸਨਰੀ 'ਤੇ। ਤਾਂ ਦੋਸਤੋ ਕਰਨ ਔਜਲਾ ਨੇ 16 ਜੁਲਾਈ ਨੂੰ ਇੱਕ ਸਟੋਰੀ ਪਾਈ ਸੀ ਜਿਸ ਵਿੱਚ ਉਸਨੇ ਆਪਣੇ ਫੈਨਾਂ ਨੂੰ ਇਹ ਕਿਹਾ ਸੀ ਕਿ 15 ਦਿਨ ਚੁੱਪ ਕਰ ਜਾਓ, ਉਸ ਤੋਂ ਬਾਅਦ ਆਪਣੀ ਐਲਬਮ ਆ ਜਾਵੇਗੀ। ਅਤੇ ਦੋਸਤੋ ਉਸ ਤੋਂ ਬਾਅਦ ਫਿਰ ਵੀ 2 ਅਗਸਤ ਨੂੰ 17 ਦਿਨ ਹੋ ਗਏ, ਲੇਕਿਨ ਫਿਰ ਵੀ ਔਜਲਾ ਨੇ ਇੱਕੋ ਸਟੋਰੀ ਪਾ ਕੇ ਲਿਖਿਆ ਕਿ 85% ਐਲਬਮ ਕਲੀਟ ਹੋ ਚੁੱਕੀ ਹੈ ਅਤੇ ਜਲਦੀ ਰਿਲੀਜ਼ ਕਰਦੇ ਹਾਂ। ਤਾਂ ਦੋਸਤੋ ਇਸੇ ਚੀਜ਼ ਦਾ ਮਜ਼ਾਕ ਸਿੱਧੂ ਮੂਸੇਵਾਲ ਨੇ ਸਨੈਪਚੈਟ 'ਤੇ ਸਟੋਰੀ ਪਾ ਕੇ ਉਡਾਇਆ ਹੈ, ਜਿਸ ਵਿੱਚ ਕਿ ਉਸਨੇ ਕਿੱਡ ਨੂੰ ਔਜਲੇ ਦਾ ਕਿਰਦਾਰ ਦਿਖਾਇਆ ਹੈ ਅਤੇ ਕਿੱਡ ਉਹੀ ਲੈਂਗੁਏਜ ਬੋਲ ਰਿਹਾ ਹੈ ਜਿੱਦਾਂ ਔਜਲੇ ਨੇ ਕਿਹਾ ਸੀ ਕਿ 15 ਦਿਨ ਬਾਅਦ ਉਸਦੀ ਐਲਬਮ ਆ ਜਾਵੇਗੀ। ਤਾਂ ਇਸ ਵਿੱਚ ਕਿੱਡ ਬੋਲ ਰਿਹਾ ਹੈ ਕਿ 15 ਦਿਨ ਬਾਅਦ ਸੈਲੀਬ੍ਰਿਟੀ ਕਲਰ ਗਾਣਾ ਆ ਜਾਵੇਗਾ। ਦੋਸਤੋ ਸਿੱਧੂ ਨੇ ਇਹ ਵੀ ਲਿਖਿਆ ਕਿ ਜਸਟ ਫੋਰ ਫਨ ਛੇਤੀ ਕਰਦੇ ਹਾਂ ਰਿਲੀਜ਼, ਜਾਣੀ ਕਿ ਦੋਸਤੋ ਗਾਣਾ ਤਾਂ ਤਿਆਰ ਪਿਆ ਵਾ, ਬਸ ਸਿੱਧੂ ਮੂਸੇਵਾਲਾ ਇੱਕ ਤਰੀਕੇ ਨਾਲ ਟੌਂਟ ਮਾਰ ਰਿਹਾ ਕਰਨ ਔਜਲਾ ਨੂੰ ਇਸ ਵੀਡੀਓ ਵਿੱਚ। ਬਾਕੀ ਦੋਸਤੋ ਸਿੱਧੂ ਨੇ ਇੱਕ ਹੋਰ ਸਟੋਰੀ ਪਾਈ ਜਿਸ ਵਿੱਚ ਉਸਨੇ ਪੁੱਛਿਆ ਕਿ ਹੂ ਇਜ਼ ਰੈਡੀ ਫੋਰ ਸੈਲੀਬ੍ਰਿਟੀ ਕਿਲਰ, ਜਿਸ ਵਿੱਚ 95% ਲੋਕਾਂ ਨੇ ਯੈਸ ਕਿਹਾ ਕਿ ਸਾਰੇ ਤਿਆਰ ਹਾਂ ਸੈਲੀਬ੍ਰਿਟੀ ਕਿਲਰ ਗਾਣਾ ਲਈ। ਬਾਕੀ ਦੋਸਤੋ ਹੁਣ ਤੁਹਾਨੂੰ ਦਿਖਾਵਾਂਗੇ ਉਹ ਵੀਡੀਓ ਜਿਸ ਵਿੱਚ ਕਿੱਡ ਦਾ ਮਜ਼ਾਕ ਉਡਾ ਰਿਹਾ ਵਾ ਨਾਲ ਹੀ ਕਰਨ ਔਜਲਾ ਦਾ ਵੀ। ਤਾਂ ਇੱਕ ਤਰ੍ਹਾਂ ਦਾ ਬਸ ਮਜ਼ਾਕ ਹੀ ਆ, ਟੌਟ ਮਾਰਿਆ ਸਿੱਧੂ ਮੂਸੇਵਾਲਾ ਨੇ, ਕੋਈ ਰਿਪਲਾਈ ਨਹੀਂ ਹੈ। ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ, ਜੇ ਤੁਹਾਨੂੰ ਵੀਡੀਓ ਲੱਗੇ ਤਾਂ ਵੀਡੀਓ ਲਾਈਕ ਅਤੇ ਤੁਹਾਡੀ ਹੋਰ ਨਾ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ। ਬੰਦਾ ਫੜਿਆ ਤੁਹਾਨੂੰ ਸਾਰਿਆਂ ਨੂੰ ਪਤਾ ਜੀ, ਪਹਿਲਾਂ ਵੀ ਤੁਸੀਂ ਸ਼ਾਮ ਬਹੁਤ ਬੋਲ ਰਹੇ ਹੋ ਨਾ, ਦੱਸ ਮਿੱਤਰਾਂ ਵੀ ਸੈਲੀਬ੍ਰਿਟੀ ਕਿਲਰ ਕਿੰਨਾ ਟਾਈਮ ਲਏਗਾ ਹੁਣ ਤੇਰੀ ਵਜ੍ਹਾ ਨਾਲ ਖੜਿਆ? ਕਾਲੀ ਗੱਲ ਹੈ ਵੀਰੇ, 15 ਦਿਨ ਹੋਰ ਬਸ। 15 ਦਿਨ ਹੋਰ? 15 ਦਿਨ 15 ਦਿਨਾਂ 'ਚ ਕੀ ਹੋ ਜੋਰ ਲੱਗਾ ਹੋਇਆ ਬਸ ਯਾਰ, ਐਂ ਥੋੜ੍ਹੀ ਹੁੰਦਾ ਯਾਰ, ਤੂੰ ਵਾਅਦੇ ਕਰਾਰ ਕਰਕੇ ਮੁੱਕਰ ਜਾਂਦਾ ਮੇਰੇ ਨਾਲ। ਮੇਰਾ ਕੰਮ ਰਹਿ ਗਿਆ ਹੁਣ ਬਸ, ਉਹ ਕਰਨਾ। ਨਹੀਂ 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 ਜਾਣਾ, ਐਂ ਥੋੜ੍ਹੀ ਹੁੰਦਾ ਹੁੰਦਾ। ਤੂੰ ਮੇਰੇ ਨਾਲ ਕਿੰਨੇ ਦਾ ਕਾਲ ਕੀਤਾ ਪਹਿਲਾਂ? ਪਹਿਲਾਂ ਤੂੰ ਕਿਹਾ ਸੀਗਾ ਮੈਂ ਤੈਨੂੰ ਦੇ ਦੂੰਗਾ ਟਾਈਮ 'ਤੇ, ਠੀਕ ਹੈ ਨਾ? 15 ਦਿਨ ਹੋਰ ਦੇ ਦੋ ਬਸ। ਨਹੀਂ ਨਹੀਂ ਗਾਣਾ ਬਈ, ਗਾਣਾ ਚਾਹੀਦਾ ਛੇਤੀ ਮੈਨੂੰ, ਠੀਕ ਹੈ ਨਾ? ਹੁਣ ਕੋਈ ਬਹਾਨੇ ਬਾਜੀ ਚੱਲਣੀ, ਠੀਕ ਹੈ? 15 ਦਿਨ ਤੋਂ ਵੱਧ ਨਹੀਂ ਹੁੰਦੇ? ਚੱਲ ਠੀਕ ਆ, ਓਕੇ ਚੱਲ ਠੀਕ ਹੈ। ਸਮਝਿਆ ਕਿੱਡ ਨਾਲ ਬਾਈ, ਗਾਣਾ ਤਾਂ ਕਿੰਨੇ ਗਲਤ ਨੇ ਬਣਾਇਆ, ਇਹਦਾ ਵਿਚਾਰਾ ਕੋਈ ਦੇ ਜੀ ਰਗੜ ਦੇ ਤੂੰ। ਹੈਂ ਭਰਾ ਆਪਣਾ ਛੋਟਾ ਜਿਉਂਦਾ ਵਾਦਾ ਰਹੇ, ਟੱਕੀਆਂ ਕਰੇ। ਹੈਂ ਸੋਹਲ ਸਾਹਿਬ ਬੈਠਿਆ। ਹਾਂ ਬਾਕੀ ਤਾਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਕਿ ਸਿੱਧੂ ਦਾ ਗਾਣਾ 10 ਤਰੀਕ ਤੋਂ ਪਹਿਲਾਂ ਪਹਿਲਾਂ ਪੱਕਾ ਆ ਜਾਵੇਗਾ। ਧੰਨਵਾਦ।